सैक्शन 125 ए इन्होंने ऐड किया और असेंबली दे विच जिवें एक छोटी जी गल हुंदी आ ਉਹ ਛੋਟੀ ਗੱਲ ਨਹੀਂ ਸੀ ਬਹੁਤ ਵੱਡੀ ਗੱਲ ਸੀ ਐਡ ਕਰਕੇ ਇਹਨਾਂ ਨੇ ਉਹਨੂੰ ਕਾਲੀ ਕਾਲੀ ਦੇ ਵਿੱਚ ਪਾਸ ਕਰ ਦਿੱਤਾ ਉਹਦੇ ਵਿੱਚ ਮੈਂ ਅੱਜ ਸਵੇਰੇ ਵੀ ਕਹਿ ਕੇ ਆਇਆ ਕਿ ਉਹਦੇ 'ਚ ਮੁੱਦਾ ਕੀ ਸੀ ਕਿਉਂਕਿ ਜਿਹੜਾ ਐਸ ਜੀ ਪੀ ਸੀ ਦਾ 1925 ਦਾ ਐਕਟ ਆ ਉਹਦੇ ਵਿੱਚ ਲਾਈਵ ਟੈਲੀਕਾਸਟ ਕਿਉਂਕਿ ਉਦੋਂ ਲਾਈਵ ਟੈਲੀਕਾਸਟ ਵੀ ਟਰਾਂਸਫਾਰਮਰ ਵੀ ਨਹੀਂ ਸੀ ਹੁੰਦੇ ਈਵਨ ਰੇਡੀਓ ਵੀ ਨਹੀਂ ਸੀ ਹੁੰਦੇ ਉਹ ਇਹਨਾਂ ਨੇ ਨਵੀਂ ਇੱਕ ਉਹਦੇ ਵਿੱਚ ਮੱਦ ਐਡ ਕਰ ਦਿੱਤੀ ਅਤੇ ਸਾਡਾ ਆਲਰੇਡੀ ਇੱਕ ਇਹ ਜਿਹੜਾ ਚੈਨਲ 1999 ਤੋਂ ਅਸੀਂ ਯਤਨ ਕੀਤਾ ਇੱਕ ਨਾ ਕੀਤਾ ਦੋ ਨਾ ਕੀਤਾ ਤਿੰਨ ਨਾ ਕੀਤਾ ਅਲਟੀਮੇਟਲੀ ਇਹ ਜਿਹੜਾ ਚੈਨਲ ਸੀਗਾ ਇਸ ਚੈਨਲ ਨਾਲ ਸਮਝੌਤਾ ਹੋਇਆ ਜਿਹਦਾ ਸਮਝੌਤਾ 2023-21 ਜੁਲਾਈ ਨੂੰ ਖਤਮ ਹੋ ਜਾਣਾ ਇਹਨਾਂ ਨੇ ਉਹਦੇ ਵਿੱਚ ਇੱਕ ਸਵਾਲ ਉਠਾਇਆ ਮੈਂ ਕਿਸੇ ਚੈਨਲ ਦੀ ਕੋਈ ਇੱਥੇ ਵਕਾਲਤ ਕਰਨ ਆਇਆ ਨਿਰਪੱਖਤਾ ਦੇ ਨਾਲ ਗੱਲ ਕਰੂੰਗਾ ਕਿ ਉਹਦੇ ਵਿੱਚ ਜੀ ਇਹ ਕਿਸੇ ਦੀ ਬਾਦਲ ਸਾਹਿਬ ਦੀ ਪ੍ਰੋਪਰਟੀ ਦੇ ਮਾਲਕੀ ਆ ਅਤੇ ਇਹਨੂੰ ਇਹ ਜਿਹੜੀਆਂ ਮੈਂ ਵੀ ਗੱਲਾਂ ਕਰਦਾ ਉਹਨੂੰ ਇਸ ਢੰਗ ਦੇ ਨਾਲ ਇਹ ਪੇਸ਼ ਕਰਦੇ ਆ ਕਿ ਜਿੱਦਾਂ ਮੈਂ ਪੀ ਟੀ ਸੀ ਨੂੰ ਆਪ ਚਲਾ ਰਿਹਾ ਪਰ ਐਵੇਂ ਨਹੀਂ ਸੀ ਗੱਲ ਮੈਂ ਅੱਗੇ ਵੀ ਕਿਹਾ ਸੀ ਕਿ ਉਹ ਇੱਕ ਵੱਖਰਾ ਕੰਸੈਪਟ ਸੀਗਾ ਇਹਨਾਂ ਨੇ ਫਿਰ ਇਹ ਬਿੱਲ ਨਵਾਂ ਇੰਟਰੋਡਿਊਸ ਕਰਕੇ ਇਹਦੇ ਵਿੱਚ ਇੱਕ ਸੰਸ਼ੋਧਨ ਕਰ ਦਿੱਤਾ ਜਿਹੜਾ ਅਗੇਂਸਟ ਲਾਅ ਆ ਅੱਜ ਤੱਕ ਦੀਆਂ ਜਿੰਨੀਆਂ ਵੀ ਸਾਡੀਆਂ ਅਮੈਂਡਮੈਂਟਸ ਹੋਈਆਂ ਉਹਦੇ ਵਿੱਚ ਸਭ ਤੋਂ ਲੇਟੈਸਟ 2016 ਦੀ ਸੀ 2016 ਦੇ ਵਿੱਚ ਜਿਹੜਾ 2004 'ਚ ਰਾਈਟ ਟੂ ਵੋਟ ਟੂ ਦਾ ਸਹਿਜਧਾਰੀ ਉਹਦੀ ਇੱਕ ਨੋਟੀਫਿਕੇਸ਼ਨ ਹੋ ਗਈ ਸੀ ਕਿ ਸਹਿਜਧਾਰੀ ਨੂੰ ਸਹਿਜਧਾਰੀ ਇਨ ਦਾ ਸੈਂਸ ਕਿ ਜਿਹੜਾ ਸਾਬਤ ਸੂਰ ਅਤੇ ਅੰਮ੍ਰਿਤਧਾਰੀ ਨਹੀਂ ਵੀ ਉਹਨੂੰ ਸਹਿਜਧਾਰੀ ਅਸੀਂ ਗਿਣਦੇ ਹਾਂ ਅਤੇ ਜਿਨ੍ਹਾਂ ਨੇ ਟ੍ਰਿਮ ਕੀਤੇ ਸੀ ਹੇਅਰ ਵਾਲ ਕੱਟਿਓ ਸੀ ਉਹਨਾਂ ਦਾ ਰਾਈਟ ਟੂ ਵੋਟ ਖਤਮ ਹੋਇਆ ਉਹ 2016 ਤੱਕ ਸਾਡਾ ਮਸਲਾ ਕੋਰਟਾਂ ਦੇ ਵਿੱਚ ਲਮਕਦਾ ਰਿਹਾ ਅਸੀਂ ਹਾਈ ਕੋਰਟ 'ਚ ਗਏ ਕਿਉਂਕਿ ਉਹ ਜਿਹੜੀ ਫੈਡਰੇਸ਼ਨ ਸੀ ਸਹਿਜਧਾਰੀ ਫੈਡਰੇਸ਼ਨ ਉਹਨੇ ਰਿੱਟ ਪਾਤੀ ਹਾਈ ਕੋਰਟ 'ਚ ਵੀ ਸਾਡਾ ਰਾਈਟ ਟੂ ਵੋਟ ਆ ਅਸੀਂ ਉਹ ਕੰਟੈਸਟ ਕੀਤਾ ਅਲਟੀਮੇਟਲੀ ਉਹ ਜਿਹੜੀ ਰਿੱਟ ਉਹਨਾਂ ਦੀ ਸਕਸੀਡ ਹੋਈ ਸਾਡੇ ਖਿਲਾਫ਼ ਹੋਇਆ ਵੀ ਨਹੀਂ ਦੇ ਹੈਵ ਗੋਟ ਦਾ ਰਾਈਟ ਟੂ ਵੋਟ ਫਿਰ ਅਸੀਂ ਅਪੀਲ ਫਾਈਲ ਕੀਤੀ ਸੁਪਰੀਮ ਕੋਰਟ ਦੇ ਵਿੱਚ ਉਹ ਖਾਰਜ ਕਿਉਂ ਹੋਇਆ ਸੀ ਉਹਨੇ ਕਿਹਾ ਵੀ ਇਹ ਜਿਹੜਾ ਐਸ ਜੀ ਪੀ ਸੀ 1925 ਦਾ ਐਕਟ ਆ ਇਹਦੇ ਵਿੱਚ ਨੋਟੀਫਿਕੇਸ਼ਨ ਦਾ ਕਿਧਰੇ ਵੀ ਪ੍ਰੋਵੀਜ਼ਨ ਨਹੀਂ ਕਿਉਂਕਿ 2004 ਜੋ ਬਾਈ ਨੋਟੀਫਿਕੇਸ਼ਨ ਹੋਇਆ ਸੀਗਾ ਅਤੇ ਇਸ ਕਰਕੇ ਉਹ ਸਾਡੀ ਇਹ ਪਟੀਸ਼ਨ ਇੱਥੇ ਜਿਹੜੀ ਸਕਸੀਡ ਨਹੀਂ ਇਹ ਜਿਹੜੇ ਸਹਿਜਧਾਰੀ ਫੈਡਰੇਸ਼ਨ ਸੀ ਇਹ ਜਿੱਤ ਗਈ ਫਿਰ ਉਹਦੇ ਵਿੱਚ ਇੱਕ ਡਿਊਰਿੰਗ ਦਾ ਪੰਡੈਂਸੀ ਆਫ ਦਾ ਸੁਪਰੀਮ ਕੋਰਟ ਉਹਦੇ ਵਿੱਚ ਫਿਰ ਇੱਕ ਬੈਠ ਕੇ ਇਹ ਸਾਡੀਆਂ ਦੋਹੇ ਪਾਰਲੀਮੈਂਟਰੀਆਂ ਨੇ ਇਹਨੀ ਸਾਡੇ ਕੋਲੋਂ ਅਪਰੂਵਲ ਲੈ ਕੇ ਉਹ ਜਿਹੜੀ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਕੀਤਾ ਅਲਟੀਮੇਟਲੀ ਉਹ ਫਿਰ ਇੱਕ ਐਕਟ ਦਾ ਹਿੱਸਾ ਸੰਸ਼ੋਧਨ ਦਾ ਬਣ ਗਿਆ ਅਤੇ ਉਹ ਜਿਹੜੇ ਇਨਫਰਾਸਟ੍ਰਕਚਰ 'ਚ ਹੋ ਗਏ ਉਹਨਾਂ ਦੀ ਜਿਹੜੀ ਪਟੀਸ਼ਨ ਸੀਗੀ ਹੁਣ ਉਹਨੇ ਫਿਰ ਮੁੜ ਦੁਬਾਰਾ ਹਾਈ ਕੋਰਟ 'ਚ ਹੋਰ ਮਸਲੇ 'ਤੇ ਪਾਈ ਆ ਸੋ ਮੇਰਾ ਕਹਿਣ ਤੋਂ ਭਾਵ ਇਹ ਲੇਟੈਸਟ ਸਭ ਤੋਂ ਇਹ ਸੀ ਸਾਡੀ 2016 ਵਾਲੀ ਹੁਣ ਇਹਨਾਂ ਨੇ 7 ਸਾਲਾਂ ਬਾਅਦ ਜੱਕ ਮੋਸਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕੈਪ ਚੜਾਉਂਦੇ ਆ ਵੀ ਪੋਲੀਟੀਕਲ ਪਾਰਟੀ ਕਿਉਂਕਿ ਪੋਲੀਟੀਕਲ ਪਾਰਟੀ ਤਾਂ ਆਪ ਹੀ ਜਦ ਅਸੀਂ ਟਿਕਟਾਂ ਲੈ ਕੇ ਦਿੱਤੇ ਹਾਂ ਅਤੇ ਦੂਜੀਆਂ ਪਾਰਟੀਆਂ ਵੀ ਟਿਕਟਾਂ ਦਿੰਦੀਆਂ ਅਤੇ ਉਹ ਕੋਈ ਜਿੱਤ ਜਾਂਦੇ ਕੁਛ ਹਾਰ ਜਾਂਦੇ ਆ ਸੋ ਉਹਨੂੰ ਇਹ ਇੱਕ ਨਵਾਂ ਕੈਪ ਚੜਾ ਕੇ ਇਹ ਕੀਤਾ ਸਾਡਾ ਕਿਉਂਕਿ ਬਣਦਾ ਹੱਕ ਅਸੀਂ ਆਨਰੇਬਲ ਗਵਰਨਰ ਆਫ ਪੰਜਾਬ ਉਹਨਾਂ ਨੂੰ ਅੱਜ ਇੱਕ ਰੀਪ੍ਰਜੈਂਟੇਸ਼ਨ ਦੇ ਕੇ ਆਏ ਹਾਂ ਕਿ ਇਹ ਜਿਹੜਾ ਕੁਛ ਹੋਇਆ ਇਹ ਵਰਤਾਰਾ ਨਹੀਂ ਸੀ ਵਰਤਣਾ ਚਾਹੀਦਾ ਇਹ ਪਾਰਲੀਮੈਂਟ ਦੇ ਪੈਰੋਗੇਟਿਵ ਵਿੱਚ ਆ ਅਤੇ ਉਹਨਾਂ ਨੇ ਸਾਡੇ ਕੋਲੋਂ ਮੈਮੋਰੈਂਡਮ ਲਿਆ ਔਰ ਉਹਨੇ ਕਿਹਾ ਵੀ ਮੈਂ ਹੁਣ ਕੌਨਸਟੀਟਿਊਸ਼ਨਲ ਤੌਰ 'ਤੇ ਇਹਦੀ ਸਾਰੀ ਛਾਣਬੀਣ ਕਰੂੰਗਾ ਅਗਲਾ ਹੁਣ ਜਦੋਂ ਸਮਾਂ ਦੇਣਗੇ ਜਾਂ ਸਾਨੂੰ ਸੱਦਣਗੇ ਜਾਂ ਕੀ ਕਰਨਗੇ ਉਹ ਉਹਨਾਂ 'ਤੇ ਡਿਪੈਂਡ ਕਰਦਾ ਪਰ ਸਾਡੀ ਅੱਜ ਵੀ ਇਹੋ ਹੀ ਮੰਗ ਆ ਕਿ ਇਹ ਜਿਹੜਾ ਹੋਈ ਆ ਸੰਸ਼ੋਧਨ 125 ਇਹ ਐਡ ਕੀਤਾ ਇਹ ਗਲਤ ਆ ਇਹ ਪਾਰਲੀਮੈਂਟ ਸਿਰਫ ਕੇਵਲ ਦਾ ਕੇਵਲ ਬਿੱਲ ਰਾਹੀਂ ਕਰ ਸਕਦੀ ਆ ਨਾ ਕਿ ਕਿਸੇ ਸਟੇਟ ਗੌਰਮੈਂਟ ਨੂੰ ਇਹਦਾ ਕੋਈ ਅਧਿਕਾਰ ਆ ਦੂਸਰੀ ਗੱਲ ਕਿ ਇੱਕ ਕਹਿ ਰਹੇ ਵੀ ਜੀ ਇਹ
टू प्रोपेगेट द सिखिज़म एथिक्स ऑफ सिखिज़म प्रिंसीपल ऑफ सिखिज़म। तो तुसी उस दिन सारी रिकॉर्डिंग की होनी है, थोड़े को रिकॉर्डिंग होनी है सारिया कि वन ऑफ द स्पीकरस जोड़ा आ वो उत्थे की कह रहा, जेडे 15 भगत आ उन्हां भगतों के सत्कार नाल गुरु नानक देव पातशाह की पांचवीं जोत साहिब गुरु अर्जन देव पातशाह ने जिथे भी तुसीं मुलांकण करोगे भगतों की गुरबाणी शुरू हुंदी आ उत्थे लिखिया बाणी भगत कबीर जियो की, बाणी भगत नामदेव जियो की। इन्हां ने वो इदां स्टीरियो टाइप नाँ चलाए भी जिदा शायद पिंड के कोई बच्चों के नाँ लईदे आ। साडा इतराज आ प्रोपेगेट तो करना सिखिज़म नूं ते ऑनरेबली वो नाँ भी लैने चाहिए सी, भट्टां दे नाँ ऑनरेबली लैने चाहिए सी, जिन्हां दी गुरबाणी जिहनूं आपां कहिंदे प्रोपोगेट करना उन्हां तों सिख्या लैनी चाहिए सी। सो मेरा कहण तो भाव ये आप ही रजी पूजी आप ही सुहागपति वाला काम पे अपने आप नूं आप ही कह लिया भी मेरे वर्ग तो होर कोई है ही नहीं, दसो किहड़ा हैगा। ये सर्टिफिकेट लोगों ने देना हुंदा फिर दाढ़ी ते कटाक्ष कीती। देखो पवित्र गुरबाणी दे विच गुरु नानक देव पातशाह ने अंकित कीता साबत सूरत दस्तार सिरा, तो वो जल परिभाषा करते साफ सूरत कौन हों जिहड़ा रोमां की बेअदबी ना करता हो फिर सिर ते दस्तार हो। इनू इलैबोरेट फिर गुरु दसम पातशाह ने खंडे बाटे की पौल दे के ककारां की बेअदबी नहीं करनी इनू संपूर्ण किया। तो फिर आप मुख्यमंत्री भी हाँ तो फिर आप हाउस के मैं तो कहिंदा नहीं तुसीं देखिया होना भी किवें वह जिहड़ा आ सारा वह सीन जिहा सनैरियो जिहा बनाया। सो असी अपने गवर्नर साहब नूं मेमोरेंडम दे के आए हाँ, वो हुण देखदे हां उत्ते गाहां की एक्शन करदे आ। देखो देखो जिहड़ी उहनां दे बिल वाली गल आ उह साडा राइट लीगल जिहड़ा अज इहो ही बणदा सी क्योंकि इहनां कोल बिल आउणा आ अप्रूवल लई। असीं लीगल तौर ते ये जिले सारे दरवाजे की निकलता उस तो बाद फिर देखा की गह का प्रोसैस आ। सो दूजी गल ये असी हुण बैठ के 26 तरीक नूं हाउस सद्या श्रोमणी गुरद्वारा प्रबंधक कमेटी का जनरल हाउस, जेडे सारे मैंबर आउणगे उत्थे बैठ के सारिया मदां ते फिर सारे विचार करांगे फिर जो बन। देखो सारा वो प्रोसैस तकरीबन गरेवाल साहब बैठे आ, ये उस कमेटी के कह लो तुम पे करता धरता होर 5-6 मैंबर आ साढ़े, वो असी सारा कुछ तैयार किया ही आ। पर मैं तो कहता सी भाई वेट तो करो ना भाई एक साल, हुण सानू तो कहिंदे आ भाई जी तुसीं एक साल तुहानू जिहड़े एक्टिंग जथेदार कहिंदे, असी तो एक्टिंग कहिंदे नहीं सी, उन्होंने दोहरा चार्ज दिता सी भी उन्हें श्रोमणी कमेटी नूं कहा भाई तुसीं भाई ये इत्थे अपना अपना चैनल तैयार करो। तो मैं पुछदा भाई एक्टिंग जथेदार साहब ने सरकार नूं पंजाब नूं भी कहा सी भाई बंदी सिंघां दा भी रिहाई करवाओ, तो आप तो फिर कुछ नहीं किया, तो असी तो अपने तौर पर लगे हुआ तो वह असी सक्सीड होव। असी तो रिप्रजेंटेशन यो दिती आ कि अगेंस्ट जुरिस्टिक्शन आ, इन्हों के अधिकार खेत्र च नहीं आता तो यू कंसिडर ना किया। देखो एक आप सैक्शन 26 आ कॉन्स्टिट्यूशन का, वो हर एक बंदे धर्म की फ्रीडम ट्रस्ट भी जेडे रन करते उन्होंने सारी फ्रीडम आने अपने किमें किमें चला उत्ते सारा डिपेंड करता। श्रोमणी गुरद्वारा प्रबंधक कमेटी के साडे बजुर्गों का बहुत बड़ा वधिया एक जेरा सी, उन्हें कहा भी जो भी कितने अमेंडमेंट होनी आ फास्ट बाई 2/3 मजोरिटी जिहड़ी उत्थे एस जी पी सी दी आ 2/3 मजोरिटी पहला उन्हों पास करके कंसेंट दे भी आ चीज़ लागू होनी चाहिए आ, उस तो बाद पार्लीमेंट के जाऊगी। तो मैं तो उन्होंने सोच की दात दिना भी उन्हें किन्ना बड़ा यह कार्य साडे लई कौम लई कर दिता भाई ता कि कल कोई सरकार आ हूँ अज भी मेरा सवाल यो भी जिदा एक लाइन के नाल कल होर सरकार आऊगी फिर होर लाइन ऐड कर दोगी, तीजी आऊगी होर लाइन ऐड कर दोगी, फिर आप जी एस जी पी सी की सपेट आई अपने इलैक्शन मैंबर आते और 30 औरत बीबिया आदियाँ
19 साढ़े एस सी भाईचारे चो आ 15 मैंबर साढ़े क्वाप्ट होंगे थ्रू आउट इंडिया तो यह फिर वो सारी वॉयलेशन ही हो गई फिर तो जो मर्जी इतों फिर आप एस जी पी सी वाले ने उत्थे फिर की करना सारे उद्दे जेड़े आ सीधी गुरबाणी देखो चलो बेनती है आ बेनती ये असं हूँ अपने बैठ के सारा कर रहे हैं असी मैं लगातार आप भी हूँ ना मीटिंगा च बैठूंगा लेट अस वेट फॉर सम टाइम ਉਹਦਾ ਤੁਹਾਨੂੰ ਆ ਜਾਊਗਾ ਰਿਜ਼ਲਟ ਮੋਰ ਦੇਖੋ ਅਸੀਂ ਤਾਂ ਕਿਉਂਕਿ ਐਟ ਦੀ ਸਟੇਜ ਦਾ ਗਵਰਨਰ ਸਾਹਿਬ ਸੀ ਅਸੀਂ ਗਵਰਨਰ ਸਾਹਿਬ ਨੂੰ ਮੈਂਬਰਾਂ ਨੂੰ ਦੇ ਕੇ ਆਏ ਹਾਂ ਗਾਂ ਫਿਰ ਸੈਂਟਰ ਦੇ ਵਿੱਚ ਵੀ ਅਪਰੋਚ ਕਰਾਂਗੇ ਨਹੀਂ ਅਸੀਂ ਆਪਣੇ ਹੋਮ ਮਿਨਿਸਟਰ ਸਾਹਿਬ ਨੂੰ ਵੀ ਕਰਾਂਗੇ ਰਾਸ਼ਟਰਪਤੀ ਸਾਹਿਬ ਨੂੰ ਵੀ ਕਰਾਂਗੇ देखो मेरी 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 बेनती सुनो देखो ये एक साडा जिहड़ा एक्ट है ये शुरू तो ही चल रहा आउंदा उहदे विच लिबरली सारा वो करते जिहदे विच जूनियर मीत प्रधान आ वो भी बनाया जाता ये लीगल आस्पैक्ट सारा देख के उन्होंने बजुर्गों ने बनाया सी ता कि किसी पक्ष तो कोई बांझा नहीं रह जाए 100 साल पुराना कोई कोई ये सोध भी कोई नहीं हो जाऊगी सोधा हौली हौली हुण तुसीं हुण सवाल उठाया चलो इधर भी कोई मत सोच लेंगे जिहड़ा सरकार सुप्रीम कोर्ट की जजमेंट का हवाला दे रही है जिहड़ा हरियाणे नाल केस चलिया वह कहिंदे सुप्रीम कोर्ट की जजमेंट के विच है कि सूबा सरकार जिहड़ी है सोध कर सकती है जेकर वह एक्ट नूं अडोप्ट करदी है देखो देखो जिहड़ी 2016 की जिथे साडी जिथे इनफ्रक्शस हुई आ पटीशन उस तो पहला भी सुप्रीम कोर्ट दी अथॉरिटीज़ हैगियां कि 22 अमेंडमेंट जिहड़ी आ ये थ्रू पार्लीमेंट आनी आ तो इस गल की तो साढ़े ना हुण इस झगड़ा आ भई इन्हें पार्लीमेंट ने करना या स्टेट ने करना जिहड़ी रही सुप्रीम कोर्ट की जजमेंट की गल देखो दो पैरामीटर लाए आ उस ही विधानसभा दे विच एक पासे तो सुप्रीम कोर्ट की कोर्ट का जज अपनी जजमेंट का फायदा लै जा रहा दूए पासे डी जी पी लाने लई उस सुप्रीम कोर्ट की जजमेंट आ उन्हें डायरेक्शन दी सेंटर गवर्नमेंट ने भी 3 मैंबरी पैनल बनाओ हर एक स्टेट यूपीएससी के बिच ही वो डी जी पी लाऊगा तो वो साडा अधिकार आ फिर दो पासे आपां एक पासे सुप्रीम कोर्ट का सहारा लैने दूए पासे सुप्रीम कोर्ट नूं फिटफाई करदे आ मेरी बेनती बेनती सुन लो बेनती बेनती सुन लो 2011 दे विच चोण होई सी 2011 विच जिहड़ी साडी मैं तुहानू दस रहा जिहड़ी सहजधारी फैडरेशन दी सीगी वो पटीशन सुप्रीम कोर्ट दे विच सी सुप्रीम कोर्ट ने उत्ते स्टे ला दिता और 11 तो 16 तक कोई नोटिफिकेशन नहीं साडा हाउस दे ले कॉन्स्टिट्यूट हुंदा उहदे विच कोऑप्शन जिहड़ी हुंदी 15 मैंबरां दी वो फिर असीं करके डीसी उहनू प्रजाइड ओवर करदा वह कोऑप्शन करके सेंटर नूं भेजदे आ फिर हाउस जिहड़ा फुल हुंदा उहदे फिर मैंबर 185 पूरे हो के फिर चोण हुंदी आ 11 तो 16 ताई ना तां कोई अहुदेदारां दी चोण होई 11 तो 16 तक ना तां कोई अपने बजट पेश होया वह जिहड़ी पुरानी एग्जैक्टिव मक्कड़ साहब की प्रधानगी विच सी उहदे कुछ मैंबर तां नवें हाउस के मैंबर भी नहीं सीगे वह चलाए गए 16 दे विच फिर हाउस की संपूर्णता हुई जिस वेले वह लिटिगेशन सारी जिहड़ी सी अमेंडमेंट के रूप के बदल गई उस तो बाद फिर 16 दे विच इन्हां ने होम मिनिस्ट्री ने सातों कोऑप्शन लैके उहदा ही फिर वो जिहड़ा हाउस जिहड़ा होन दे विच आया तो 16 तो 21 हुण भावें 23 हो गए एक दो साल की कई बार डिले हो जाती पर लीगल आस्पैक्ट यह आ कि 11 तो 16 तक ऑनरेबल सुप्रीम कोर्ट के ऑर्डर नाल स्टे सीगा और उस स्टे दे विच की सीगा वी जिहड़ी एग्जैक्टिव चलदी सी 15 मैंबरी उही चली गई हुण जिहड़ा एलीगेशन तुहाडे ते ओह ला रहे ने कराओ कराओ जल्दी कराओ विशेष चैनल तो जिहड़ा अधिकार दित्ता एक्सक्लूसिव दा कहिंदे आ पंच ते असीं हमला नहीं कर रहे असीं सारिआं नूं अधिकार दे रहे कि फ्री टू एयर हर कोई गुरबाणी दा प्रसारण कर सके ओह कहिंदे भाई इहो जिहे मुल्क ने जिहदे विच ओह चैनल नहीं चल रहा ते तुहानूं की दिक्कत है इस बारे बेनती सुन लो बेनती सुन लो बेनती सुन लो देखो नहीं 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 कोई बेसली नहीं यूट्यूब तो साडा चलता ही है तुसीं वो लाइव देख लिया करो फिर असीं 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 बाकी
ਅਸੀਂ ਬਾਕੀ ਵੀ ਹੁਣ ਕਰ ਰਹੇ ਹਾਂ। ਪਹਿਲੀ ਗੱਲ ਇੱਕ ਸੁਣੋ, ਹੁਣ ਤੁਸੀਂ ਇੱਕ ਨਿਰਣਾ ਕਰੋ ਆਪਣੇ ਤੌਰ ਤੇ, ਤੁਸੀਂ ਕਿੰਨੇ ਟੈਲੀਵਿਜ਼ਨ ਵਾਲੇ ਆ, ਤੁਸੀਂ ਜਿਹੜੇ ਤੁਹਾਨੂੰ ਕੋਈ ਲਾਈਵ ਪ੍ਰੋਗਰਾਮ ਦਿੰਦੇ ਤੁਸੀਂ ਚਾਰਜ ਕਰਦੇ ਹੋ ਨਾ, ਕਰਦੇ ਚਾਰਜ? ਜੇ ਕੋਈ ਪ੍ਰੋਗਰਾਮ ਕੋਈ ਬੰਦਾ ਕਹਿੰਦਾ ਜੀ ਮੇਰਾ ਤੁਸੀਂ ਆ ਲਾਈਵ ਟੈਲੀਕਾਸਟ ਕਰੋ, ਤੇ ਉਹ ਪੈਸੇ ਦਿੰਦਾ ਤੁਹਾਨੂੰ? ਦਿੰਦਾ ਪੈਸੇ ਨਹੀਂ। ਜੇ ਤੁਸੀਂ ਲਾਈਵ ਟੈਲੀਕਾਸਟ ਕਿਸੇ ਪਾਰਟੀ ਦੀ ਆ, ਕਿਸੇ ਕਾਨਫਰੰਸ ਆ, ਕੋ ਦਿੰਦੇ? ਉਹ ਮੇਰੀ ਗੱਲ ਤਾਂ ਸੁਣ ਲਓ, ਗੱਲ ਤਾਂ ਸੁਣ ਲਓ। ਅੱਛਾ, ਲਾਈਵ ਜੇ ਪ੍ਰੋਗਰਾਮ ਕਰਾਉਣਾ ਉਹਦੇ ਲਈ ਚੱਲਦਾ? ਦੇਖੋ ਅਸੀਂ ਤਾਂ ਹੁਣ ਦਿੱਲੀ ਮੈਨੇਜਮੈਂਟ ਦੇਖ ਲਓ, ਮੈਂ ਫਿਰ ਨਾ ਕਹੋ ਵੀ ਮੈਂ ਫਿਰ ਐਡਵੋਕੇਸੀ ਲਾ ਪਿਆ ਕਰਨ। ਦਿੱਲੀ ਵਾਲੇ ਪਤਾ ਕਰੋ ਵੀ ਕਿੰਨੇ ਪੈਸੇ ਦਿੰਦੇ ਆ ਲਾਈਵ ਚਲਾਉਣ ਲਈ, ਕਿੰਨੇ ਪੈਸੇ? ਹੁਣ ਆਪਣੇ ਹੇਮਕੁੰਟ ਟਰੱਸਟ ਵਾਲੇ 3 ਮਹੀਨੇ ਚੱਲਣਾ, ਪਤਾ ਕਰੋ ਕਿੰਨੇ ਪੈਸੇ ਦਿੰਦੇ ਇਸੇ ਪੀਟੀਸੀ ਨੂੰ ਦਿੰਦੇ ਆ। ਅਤੇ ਚਲੋ ਮੈਂ ਕਹਿੰਦਾ ਪੈਸੇ ਤਾਂ ਦਿੰਦੇ ਨਾ, ਉਹ ਬੋਰਡ ਪੈਸੇ ਦਿੰਦਾ। ਅਸੀਂ 2 ਕਰੋੜ ਰੁਪਈਆ ਸਾਲ ਦਾ ਉਹਨਾਂ ਕੋਲੋਂ ਲੈਂਦੇ ਸੀ ਐਜੂਕੇਸ਼ਨ ਫੰਡ ਲਈ। ਸੋ ਇਸ ਕਰਕੇ ਇਹਨੂੰ ਆਪਾਂ ਕੋਈ ਨਹੀਂ, ਅਸੀਂ ਇਹ ਨਹੀਂ, ਉਹ ਲੋਕਾਂ ਦੀਆਂ ਭਾਵਨਾਵਾਂ ਆ ਵੀ ਵੈਲਕਮ ਦਾ, ਵੀ ਵੈਲਕਮ ਦਾ ਪ੍ਰਪੋਜੀਸ਼ਨ ਆ ਵੀ ਆਇਆ ਇਹ ਘੁਸਪੈਠ ਕਰ ਸਕਦੇ ਐਕਟ ਦੇ ਵਿੱਚ। ਅੱਜ ਪੀਟੀਸੀ ਦੀ ਆਰ ਦੇ ਕਰਨਗੇ, ਕੱਲ ਨੂੰ ਕਿਤੇ ਹੋਰ ਮੁੱਦੇ ਤੇ ਕਰ ਦੇਣਗੇ। ਮੇਰਾ ਸਿੰਪਲ ਪ੍ਰੋਬਲਮ ਇਹ ਐਕਟ ਦੀ ਉਲੰਘਣਾ ਆ। ਠੀਕ ਆ ਵੀ ਉਹਨਾਂ ਦੀ ਪਲੀ, ਆਮ ਲੋਕ ਵੀ ਕਹੀ ਜਾਂਦੇ ਆ, ਉਹ ਪਲੀ ਇੱਕ ਵੱਖਰੀ ਆ, ਪਰ ਇਹ ਅਗੇਂਸਟ ਦਾ ਨੈਚੁਰਲ ਜਸਟਿਸ ਹੈ। ਸਾਡੇ 3 ਚੈਨਲ ਤਾਂ ਸਿੱਧੇ ਤੌਰ 'ਤੇ ਸਿੱਧੇ ਛੱਡ ਕੇ ਦੌੜੇ ਵਿੱਚ, ਉਸ ਤੋਂ ਬਾਅਦ ਫਿਰ ਇਹ ਆਹ ਜਿਹੜਾ ਸੀਗਾ ਉਦੋਂ ETC ਨਾਲ ਕੀਤਾ ਸੀ ਉਹ ਵੀ ਛੱਡ ਕੇ ਦੌੜ ਗਏ। ਇਹ ਪਹਿਲਾਂ ਮੈਂ ਪਹਿਲਾਂ ਇੱਕ ਦਿਨ ਸਾਰੀ ਡਿਟੇਲ ਵੀ ਦੱਸੀ ਸੀ ਵੀ ਕਿਹੜੀ ਕਿਹੜੀ ਕੰਪਨੀ ਛੱਡ ਕੇ ਉੱਥੋਂ ਦੌੜੀ ਆ, ਕਿਉਂਕਿ ਇਨਫਰਾਸਟ੍ਰਕਚਰ ਸਾਰੇ ਪੱਖ ਜਿਹੜੇ ਉੱਥੇ ਉਸ ਚੱਕਣੇ ਪੈਣੇ ਸੀ ਸਾਰਿਆਂ ਦੇ ਸਾਹਮਣੇ। ਮੇਰੀ ਇੱਕ ਬੇਨਤੀ ਸੁਣ ਲਓ, ਇਹ ਸਿਰਫ ਕੇਵਲ ਦਾ ਕੇਵਲ ਸਾਡੀ ਸਿਧਾਂਤਕ ਲੜਾਈ ਆ, ਉਹ ਇਹਨੂੰ ਲੱਕ ਪੀਟੀਸੀ ਕਹੀ ਜਾਣ ਵੀ ਜੀ ਪੀਟੀਸੀ ਦਾ ਮਸਲਾ, ਪੀਟੀਸੀ ਦਾ ਨਹੀਂ ਮਸਲਾ। ਕੱਲ੍ਹ ਨੂੰ ਇਹ ਐਕਟ ਦੇ ਵਿੱਚ ਹੋਰ ਸੋਧਾਂ ਕਰਨ ਵਾਲੀਆਂ ਗੱਲਾਂ ਉਹ ਕਰ ਲੈਣਗੇ, ਫਿਰ ਕੌਮ ਮੰਨੀ ਜਾਊਗੀ ਇਹਦੇ ਵਾਰ ਵਾਰ। ਕੋਈ ਸਿੱਖ ਸੰਸਥਾਵਾਂ ਕਮਜ਼ੋਰ ਨਹੀਂ ਗੀਆਂ, ਸਿੱਖ ਸੰਸਥਾਵਾਂ ਉਵੇਂ ਚੱਲ ਰਹੀਆਂ। ਦੇਖੋ 88 ਕਾਲਜ ਚੱਲਦੇ ਆ, ਮੈਡੀਕਲ ਕਾਲਜ ਆ, ਸਾਡੇ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਸਭ ਤੋਂ ਇੱਕ ਕਾਲਜ ਆ ਜਿਹਨੂੰ ਪੋਸਟ ਗ੍ਰੈਜੂਏਸ਼ਨ ਦੀਆਂ 40 ਸੀਟਾਂ ਮਿਲੀਆਂ, ਲੋਕਾਂ ਦੇ ਭਰਦੇ ਨਹੀਂ। ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ, ਚਾਹੇ ਨਨਕਾਣਾ ਸਾਹਿਬ ਟਰੱਸਟ ਦੀ ਮੈਂ ਗੱਲ GNE ਦੀ ਗੱਲ ਕਰ ਲਵਾਂ, ਸਾਡਾ ਤਾਂ ਉਹੀ ਸੰਸਥਾਵਾਂ ਕਿਹੜੀਆਂ ਕਮਜ਼ੋਰ ਦੱਸੋ ਮੈਨੂੰ, ਸੰਸਥਾਵਾਂ ਤਾਂ ਤਕੜੀਆਂ ਹੋ ਕੇ ਚੱਲਣੀਆਂ। ਸੋ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।